ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਨ ਹੋਣੀ ਸਾਡੇ ਦਰਮਿਆਨ ਨੇ ਲੰਮੇ ਅਰਸੇ ਤੋਂ ਪੰਜਾਬ ਨਾਟਸ਼ਾਲਾ ਨਾਲ ਜੁੜੇ ਹੋਏ ਨੇ, ਇੱਥੇ ਨਾਟਕ ਕਰਵਾਉਂਦੇ ਨੇ, ਨਿਰਦੇਸ਼ਨ ਦਿੰਦੇ ਨੇ ਨਾਟਕਾਂ ਨੂੰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਧਾਲੀਵਾਲ ਸਾਹਿਬ, ਕੀ ਤੁਹਾਡੇ ਅਨੁਭਵ ਨੇ ਪੰਜਾਬ ਨਾਟਸ਼ਾਲਾ ਬਾਰੇ? ਦੇਖੋ ਹਰਜੀਤ ਜੀ, ਇਹ ਪੰਜਾਬ ਨਾਟਸ਼ਾਲਾ, ਮੈਂ ਇਹ ਕਹਾਂਗਾ ਕਿ ਪੰਜਾਬੀ ਰੰਗਮੰਚ ਦੇ ਵਿੱਚ ਇੱਕ ਅਜੂਬਾ, ਜਿਵੇਂ ਦੁਨੀਆ 'ਚ 7 ਅਜੂਬੇ ਅਤੇ ਇੱਕ ਇਹ ਵੀ ਅਜੂਬਾ, ਇਹੋ ਜਿਹੀ ਜਗ੍ਹਾ ਪੂਰੇ ਨੌਰਥ ਇੰਡੀਆ ਵਿੱਚ ਹੋਰ ਕਿਧਰੇ ਨਹੀਂ ਹੈ ਜਿੱਥੇ ਕਿ ਰੰਗਮੰਚ ਦੀਆਂ ਗਤੀਵਿਧੀਆਂ ਹੋ ਸਕਣ। ਔਰ ਇਹ ਜਗ੍ਹਾ ਜਿਹੜੀ ਹੈ ਬਰਾੜ ਸਾਹਿਬ ਨੇ ਜਿਸ ਤਰ੍ਹਾਂ ਬਣਾਈ ਹੈ, ਇਹ ਬਣਾਈ ਨਹੀਂ ਹੈ, ਇਹ ਕ੍ਰੀਏਟ ਕੀਤੀ ਗਈ ਹੈ। ਔਰ ਇਹ ਪੂਰੀ ਇੱਕ ਇਹਦੇ ਵਿੱਚ ਰੂਹ ਵੱਸਦੀ ਹੈ। ਇਹਦੇ ਤੁਸੀਂ ਕੰਧਾਂ ਦੇ ਵਿੱਚ ਵੇਖੋਗੇ, ਇਹਦੇ ਫਰਸ਼, ਇਹਦੇ ਟੈਕਨੀਕ ਦੇ ਵਿੱਚ ਕਿ ਇੰਨੇ ਚਾਹ ਅਤੇ ਹੁਲਾਰ ਨਾਲ ਇਹ ਚੀਜ਼ਾਂ ਬਣੀਆਂ ਨੇ ਕਿ ਇਹਨੇ ਕਿ ਇੱਥੇ ਸਾਡਾ ਦਿਲ ਕਰਦਾ ਕਿ ਅਸੀਂ ਦਿਨ ਰਾਤ ਇੱਥੇ ਜਿਹੜੇ ਪਰਫੋਰਮ ਕਰਦੇ ਰਹੀਏ। ਕਿ ਇਹ ਪਹਿਲੀ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਘੁੰਮਣ ਵਾਲੀ ਸਟੇਜ ਹੈ ਇਸ ਨਾਟਸ਼ਾਲਾ ਦੇ ਵਿੱਚ, ਔਰ ਇੰਨੀ ਜ਼ਬਰਦਸਤ ਟੈਕਨੀਕ ਹੈ ਇਸ ਨਾਟਸ਼ਾਲਾ ਦੇ ਵਿੱਚ। ਔਰ ਹੁਣ ਤੱਕ ਇੱਥੇ ਲਗਭਗ 1,500 ਤੋਂ ਵੱਧ ਜਿਹੜੀਆਂ ਕਿ ਪੇਸ਼ਕਾਰੀਆਂ ਹੋ ਚੁੱਕੀਆਂ ਨੇ, ਦੁਨੀਆ ਭਰ ਦੇ ਜਿਹੜੇ ਨਾਟਕਕਾਰ ਨਿਰਦੇਸ਼ਕ ਇੱਥੇ ਆ ਚੁੱਕੇ ਆ। ਔਰ ਮੇਰਾ ਆਪਣਾ ਬਹੁਤਾ ਕੰਮ ਜਿਹੜਾ ਵਾ ਇਸ ਨਾਟਸ਼ਾਲਾ ਦੇ ਵਿਹੜੇ ਵਿੱਚ ਜਿਹੜਾ ਪ੍ਰਫੁੱਲਤ ਹੋਇਆ ਵਾ। ਔਰ ਬਰਾੜ ਸਾਹਿਬ ਨੇ ਜਿਸ ਟੈਕਨੀਕ ਦੇ ਨਾਲ, ਜਿਸ ਖੂਬਸੂਰਤੀ ਦੇ ਨਾਲ ਇਹਨੂੰ ਸਿਰਜਿਆ ਵਾ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਔਰ ਅਜਿਹੀ ਘਟਨਾ ਜਿਹੜੀ ਹੈ, ਮੈਂ ਕਹਿੰਦਾ ਕਿ ਹਿੰਦੁਸਤਾਨ ਦੇ ਰੰਗਮੰਚ ਦੇ ਵਿੱਚ ਜਿਹੜੀ ਆ ਉਹ ਬਹੁਤ ਰੇਅਰ ਹੈ, ਬਹੁਤ ਘੱਟ ਹੈ। ਸ਼ਾਇਦ ਇੰਨੀ ਗ੍ਰੇਟ ਟੈਕਨੀਕ ਜਿਹੜੀ ਹੈ ਸਾਡੇ ਕੋਲ, ਮੈਂ ਕਹਾਂਗਾ ਨੈਸ਼ਨਲ ਸਕੂਲ ਆਫ ਡਰਾਮਾ ਦੇ ਕੋਲ ਵੀ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਪਰਫੋਰਮ ਕਰਨ ਲਈ, ਜਿਹੋ ਜੀ ਸਾਡੇ ਕੋਲ ਅੰਮ੍ਰਿਤਸਰ ਦੇ ਵਿੱਚ ਹੈ। ਔਰ ਅੰਮ੍ਰਿਤਸਰ ਦੇ ਵਿੱਚ ਇਹ ਇਸ ਜਗ੍ਹਾ ਨੇ ਇੱਕ ਡਿਸਿਪਲਿਨ ਕ੍ਰੀਏਟ ਕੀਤਾ, ਔਰ ਲੋਕਾਂ ਦੇ ਅੰਦਰ ਜਿਹੜਾ ਇੱਕ ਚਾਅ ਪੈਦਾ ਕੀਤਾ ਕਿ ਅਸੀਂ ਪੈਸਾ ਖਰਚ ਕਰਕੇ ਅਸੀਂ ਨਾਟਕ ਦੇਖਣ ਜਾਈਏ। ਇਹ ਅੰਮ੍ਰਿਤਸਰ ਦੇ ਵਿੱਚ ਘਟਨਾ ਜਿਹੜੀ ਇਹ ਨਾਟਸ਼ਾਲਾ ਦੀ ਜਿਹੜੀ ਕਹਿ ਲਓ ਕਿ ਇੰਨੀ ਖੂਬਸੂਰਤ ਜਗ੍ਹਾ ਇਹਦੀ ਟੈਕਨੀਕ ਕਰਕੇ ਹੀ ਬਣ ਸਕੀ। ਔਰ ਇੱਥੇ ਹਜ਼ਾਰਾਂ ਕਲਾਕਾਰ ਪਰਫੋਰਮ ਕੀਤੇ। ਔਰ ਮੇਰਾ ਆਪਣਾ ਜਿਹੜੀਆਂ ਮੈਂ ਕਹਿ ਲਾਂ ਕਿ ਮੇਰੀਆਂ ਬਿਹਤਰੀਨ ਜਿਹੜੀਆਂ ਪੇਸ਼ਕਾਰੀਆਂ ਨੇ ਉਹ ਸਾਰੀਆਂ ਹੀ ਪੰਜਾਬ ਨਾਟਸ਼ਾਲਾ ਦੇ ਵਿਹੜੇ 'ਚ। ਔਰ ਮੈਂ ਇਸ ਨੂੰ ਇਹਦੇ ਨਾਲ, ਕਿਉਂਕਿ ਇਹਦੀਆਂ ਜੜ੍ਹਾਂ ਨਾਲ ਜੁੜਿਆ ਹੋਇਆ, ਇਸ ਦੇ ਜਦੋਂ ਤੋਂ ਨਾਟਸ਼ਾਲਾ ਨੇ ਜਨਮ ਲਿਆ, ਨਾਟਸ਼ਾਲਾ ਦਾ ਸੁਪਨਾ ਬਰਾੜ ਸਾਹਿਬ ਨੇ ਲਿਆ, ਸੋ ਅਸੀਂ ਨਾਲ ਨਾਲ ਤੁਰੇ ਰਹੇ। ਔਰ ਅਸੀਂ ਉਹ ਸਾਰਾ ਕਹਿ ਲਓ ਕਿ ਅਸੀਂ ਸੁਪਨੇ ਨੂੰ ਹੰਢਾਇਆ ਵੀ, ਬਰਾੜ ਸਾਹਿਬ ਨੇ ਉਹ ਬਣਾਇਆ, ਇਹਨਾਂ ਨੇ ਸਿਰਜਣਾ ਕੀਤੀ ਕਿ ਕਿਸੇ ਚੀਜ਼ ਦੀ ਜਿਵੇਂ ਸਿਰਜਣਾ ਕਰੀਦੀ ਆ, ਔਰ ਬਹੁਤ ਜ਼ਬਰਦਸਤ ਤਰੀਕੇ ਨਾਲ ਸਿਰਜਣਾ ਕੀਤੀ। ਔਰ ਜਦੋਂ ਹਾਲੇ ਕੱਚੀ ਸਟੇਜ ਸੀਗੀ, ਕਿਵੇਂ ਪੱਕੀ ਬਣੀ। ਔਰ ਪਿਛਲੇ ਲਗਭਗ 15 ਸਾਲਾਂ ਦਾ ਇੱਕ ਲੰਮਾ ਇਤਿਹਾਸ ਹੈ ਪੰਜਾਬ ਨਾਟਸ਼ਾਲਾ ਦਾ, ਕਿ ਜਿਹਨੇ ਪੰਜਾਬੀ ਰੰਗਮੰਚ ਨੂੰ ਇੱਕ ਅਮੀਰੀ ਬਖਸ਼ੀ ਹੈ ਪੰਜਾਬ ਨਾਟਸ਼ਾਲਾ ਨੇ। ਪੂਰੇ ਕੈਨੇਡਾ